ਅਸਲਾਮ ਅਲੈਕਮ ਅੱਜ ਮੇਰਾ ਤੇ ਰਜਬ ਦੀ 12 ਫਗਣ ਦੀ 14 ਤੇ ਫਰਵਰੀ ਦੀ 25 ਤਰੀਕ ਇਹ ਰੇਡੀਓ ਪਾਕਿਸਤਾਨ ਹੈ ਫਰ ਅਹਿਮਦ ਤੋਂ ਖਬਰਾਂ ਸੁਣੋ ਪਹਿਲਾ ਖਾਸ ਖਾਸ ਖਬਰਾਂ ਦਾ ਖੁਲਾਸਾ ਪਾਕਿਸਤਾਨ ਤੇ ਸ੍ਰੀਲੰਕਾ ਨੇ ਸਾਖ ਤਨਜ਼ੀਮ ਦੇ ਅਸੂਲਾਂ ਤੇ ਮਕਸਦ ਤੇ ਅਮਲ ਦੇ ਅਜ਼ਮ ਨੂੰ ਦੁਹਰਾਉਂਦਿਆਂ ਹੋਇਆਂ ਮੈਂਬਰ ਬੁਲਕਾਂ ਉਤੇ ਖਿੱਤੇ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਤੇ ਜ਼ੋਰ ਦਿੱਤਾ ਹੈ। ਇਤਲਾਮਾ ਦੇ ਵਜ਼ੀਰ ਨੇ ਕਿਹਾ ਹੈ ਕਿ ਹਕੂਮਤ ਸੈਨੇਟ ਦੇ ਇਲੈਕਸ਼ਨਾਂ ਨੂੰ ਸ਼ਫਾਫ ਬਣਾਉਣ ਲਈ ਓਪਨ ਬੈਲਟ ਉੱਤੇ ਕੰਮ ਕਰ ਰਹੀ ਹੈ। ਦਿਫਾਈ ਪੈਦਾਵਾਰ ਦੀ ਵਜ਼ੀਰ ਨੇ ਕਿਹਾ ਹੈ ਕਿ ਪਾਕਿਸਤਾਨ ਮਤਹਦਾ ਅਰਬ ਅਮਰਾਤ ਨਾਲ ਦਿਫਾਈ ਪੈਦਾਵਾਰ ਦੇ ਸ਼ੋਬੇ ਵਿੱਚ ਤਾਵਨ ਨੂੰ ਵਧਾਣਾ ਚਾਹੁੰਦਾ ਹੈ। ਪੰਜਾਬ ਦੇ ਵਜ਼ੀਰ ਆਲਾ ਨੇ ਮੁਤਲਕਾ ਹੁਕਾਮ ਨੂੰ ਜਾਰੀ ਤਰੱਕੀਆਤੀ ਸਕੀਮਾਂ ਉੱਤੇ ਵੇਲੇ ਸਿਰ ਕੰਮ ਪੂਰਾ ਕਰਨ ਦੀ ਹਦਾਇਤ ਕੀਤੀ ਹੈ।

ਦੁਆ ਅਫਰੀਕਾ ਨੇ ਇਲਾਕਾਈ ਅਮਨ ਸਿਕਿਉਰਿਟੀ ਤੇ استحکام ਲਈ ਕੰਮ ਕਰਨ ਦਾ ਫਿਰ ਅਜ਼ਮ ਕੀਤਾ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਇੱਕ ਮੁਸਬਤ ਗਲਬਾਤ ਤੇ ਆਲਮੀ ਕਾਨੂੰਨਾ ਦੇ ਮੁਤਾਬਕ ਪੁਰਾਣੇ ਝਗੜੇ ਪ੍ਰਮ ਤਰੀਕੇ ਨਾਲ ਹੱਲ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਇਲਾਕਾਈ ਰਾਟਿਆਂ ਦੇ ਹਵਾਲੇ ਨਾਲ ਇਮਰਾਨ ਖਾਨ ਨੇ ਖਿੱਤੇ ਵਿਕਾਸ ਤੇ ਖੁਸ਼ਹਾਲੀ ਲਈ ਚੀਨ ਪਾਕਿਸਤਾਨ ਆਰਥਿਕੀ ਰਹਿਦਾਰੀ ਦੇ ਮਨਸੂਬੇ ਦੇ ਹਵਾਲੇ ਨਾਲ ਮੌਕਿਆਂ ਬਾਰੇ ਦੱਸਿਆ ਤੇ শ্রীলੰਕਾ ਨੂੰ ਸੀਪੈਕ ਮਨਸੂਬੇ ਵਿੱਚ ਸ਼ਾਮਲ ਹੋਣ ਦੀ ਦਾਵਤ ਦਿੱਤੀ ਦੋ ਤਰਫਾ ਤਜਾਰਤ 1 ਅਰਬ ਡਾਲਰ ਦਾ ਹੱਦ ਹਾਸਲ ਕਰਨ ਤੇ ਪਾਕਿਸਤਾਨ ਤੇ শ্রীলੰਕਾ ਵਿਚਕਾਰ ਆਜ਼ਾਦਾਨਾ ਤਜਾਰਤ ਦੇ ਮੌਹੱਦੇ ਨੂੰ ਬਿਹਤਰ ਬਣਾਉਣ ਲਈ ਦੋਵਾਂ ਅਫਰੀਕਾ ਨੇ ਇੱਕ ਤਰੀਕਾਕਾਰ ਬਣਾਉਣ ਉੱਤੇ ਇਤਫਾਕ ਕੀਤਾ ਇਸ ਮੌਕੇ ਉਤੇ Imran Khan ਨੇ শ্রীলੰਕਾ ਦੇ ਸਦਰ ਤੇ ਵਜ਼ੀਰ ਆਜ਼ਮ ਨੂੰ ਪਾਕਿਸਤਾਨ ਦੇ ਦੌਰੇ ਦੀ ਦਾਵਤ ਦਿੱਤੀ इलावा के वजीर शिबली फराज ने किया है कि इलेक्शन कमीशन एक खुदमुखतार इदारा है तो बगैर किसी सियासी मुदाखलत अपना काम कर रहा है उन्होंने निजी न्यूज चैनल न गाँव कर कही। कि पाकिस्तान तहरीक इंसाफ ने आजादाना मुनसिफाना शफाफ तरीके इलैक्शन करवाण् जदोजहदी है ਉਨਾ ਕਿਹਾ ਕਿ ਹਾਲੀਆ ਜ਼ਮਨੀ ਇਲੈਕਸ਼ਨ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮਨਸ਼ੂਰ ਦੇ ਮੁਤਾਬਕ ਹੋਏ ਨੇ ਤੇ ਹਕੂਮਤ ਸੈਨੇਟ ਦੇ ਆਇਂਦਾ ਇਲੈਕਸ਼ਨ ਓਪਨ ਬੈਲਟਿੰਗ ਦੇ ਜ਼ਰੀਏ ਕਰਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਮਜ਼ਹਬੀ ਮਾਮਲਿਆਂ ਦੇ وزیر ਪੀਰ ਨੂਰ-ਉਲ-ਹਾਕ ਕਾਦਰੀ ਨੇ ਮੁਹੱਬਤ-ਏ-ਵਤਨ ਸਿਆਸਤਦਾਨਾਂ ਤੇ ਸਾਰੇ ਮਖਤਬੇ ਫਿਕਰ ਦੇ ਉਲਮਾ ਉਤੇ ਜ਼ੋਰ ਦਿੱਤਾ ਹੈ ਕਿ ਉਹ ਮੁਲਕ ਦੁਸ਼ਮਣ ਲੋਕਾਂ ਦੇ ਖਿਲਾਫ ਹਕੂਮਤ ਦਾ ਸਾਥ ਦੇਣ। ਉਹਨਾਂ ਇਹ ਗਲਪਸ਼ਾਹਰ ਵਿੱਚ ਇੱਕ ਇਸ ਵਕਤ ਇਤਕਵਾਲੀਏ ਵਿੱਚ ਤਕਰੀਰ ਕਰਦੇ ਹੋਏ ਕਈ मजहबी मामलों के वजीर ने कहा है कि बदकिस्मती नाल कुछ सियासतदान अपने जाती मफाद बदअमनी पैदा कर रहे हैं उन्होंने कहा कि मुहब्बे वतन सियासतदान पाकिस्तान के खिलाफ साजिशों नाकाम करने अपना किरदार अदा करना होगा दिफाई पैदावार वज़ी जुबैदा जलाल ने कहा है कि पाकिस्तान मतहदा अरब अमारात दिफाई पैदावार शोबे में तावन बदा चाहता है दिफाई पैदावार की वजारत तो जारी बयान किया गया है कि वजीर होर ने आईडेक्स दो हज़ार इक्की नुमाइश में इफ्ताही तकर की शिरकत के दौरान यू ए ई की क़्यादत के दूजे वजीर मुलाकात की मतहदा अरब अमारात वज़ीर मुलाकात में उन्हें दिफाही पैदावार स्थावन वधाने ख्वाह का इजहार किया वजीर होर ने यूए ई की क्यादत को वजीर अज़म इमरान खान वालों ने ख़्वाहिशों का पैगाम भी पहुँचाया ਏ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ ਪਾਕਫੋਰਸ ਦੇ محکمہ تعلقات ਆਮਦ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਬਾਬਰ ਇਫਤਖਾਰ ਨੇ ਕਿਹਾ ਹੈ ਕਿ تحریک ਤਲਵਾਨ ਪਾਕਿਸਤਾਨ ਦੇ ترجمان احਸਾਨ ਉਲ-ਇਹਸਾਨ ਨੂੰ ਫਰਾਰ ਕਰਾਂਡ ਦੀ تحقیقات ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਦੁਬਾਰਾ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮੁਲਕੀ ਤੇ ਗੈਰ ਮੁਲਕੀ ਅਖਬਾਰੀ ਨੁਮਾਇੰਦਿਆਂ ਨਾਲ ਗੱਲਾਂ ਕਰਦੇ ਹੋਏ ਆ ਉਹਨਾਂ ਕਹੇ ਕਿ ਅਹਿਸਾਨੁਲ ਐਹਸਾਨ ਦਾ فرار ایک سنجیدہ مسئلہ ہے ਤੇ تحقیقات ਤੋਂ ਬਾਅਦ ਇਹਦੇ ਜ਼ਿੰਮੇਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਉਹਨਾਂ ਕਹੇ ਕਿ ਲਾਪਤਾ ਲੋਕਾਂ ਦੇ ਮਾਮਲੇ ਲਈ ਬਣਾਏ ਗਏ ਕਮਿਸ਼ਨ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ 6000 ਲਾਪਤਾ ਲੋਕਾਂ ਵਿੱਚੋਂ 4000 ਲੋਕਾਂ ਦਾ ਪਤਾ ਲੱ ਆਇਆ ਗਿਆ ਹੈ ਜਦ ਕਿ ਬਾਕੀ ਦਾ ਵੀ ਛੇਤੀ ਪਤਾ ਲੱਗ ਜਾਏਗਾ। ਨੈਸ਼ਨਲ ਕਮਾਂਡ ਆਪਰੇਸ਼ਨ ਸੈਂਟਰ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਵਿੱਚ ਨਰਮੀ ਦਾ ਫੈਸਲਾ ਕੀਤਾ ਹੈ ਐਨ ਸੀ ਸੀਓ ਦਾ ਕਹਿਣਾ ਹੈ ਕਿ ਤੇਜਾਤੀ ਸਰਗਰਮੀਆਂ ਤੇ ਪਾਰਕਾਂ ਉੱਤੇ ਲਾਏ ਗਏ ਪਾਬੰਦੀ ਨੂੰ ਖਤਮ ਕੀਤਾ ਗਿਆ ਹੈ ਉਹਨਾਂ ਕਿਆ ਕਿ 15 ਮਾਰਚ ਤੋਂ ਸ਼ਾਦੀਆਂ ਉੱਤੇ ਪਾਬੰਦੀ ਵੀ ਖਤਮ ਕੀਤੀ ਜਾ ਰਹੀ ਹੈ ਹੁਣ ਸ਼ਾਦੀ ਹਾਲਾਂ ਦੇ ਅੰਦਰ ਵੀ ਸ਼ਾਦੀਆਂ ਤੇ ਵਿਆਹ ਤਕਰੀਬਾਂ ਹਫਾਜ਼ਤੀ ਤਦਬੀਰਾਂ ਦੇ ਨਾਲ ਕਰਨ ਦੀ ਇਜਾਜ਼ਤ ਹੋਏਗੀ पाकिस्तान सुपर लीग के मैचों की तादाद पाँ फीसद कर दी गई है जबकि समार्ट लाकडाउन से समाजी फासलिया यकीनी बनाया जाएगा वजीरला सरदार उस्मान बुज़दार ने कहा है कि सूबे जारी तरकियातीमांत मुकर्रा वक्त पूरा किया जाएगा लाहौर सूबे की तरकियातीमां जायजे एक आला सतह की मीटिंग खिताब कर उन्होंने मुतलका अफसर को तरकियातीम छेती मुकम्मल की हिदायत की सकाफत के कालूनिया के वजीर खयाल अहमद कास्ट्रो ने कहा है कि फैसलाबाद सिटी वजीरला के तरक्याती पैकेज उत्ते रूह के मुताबिक अमल किया जाएगा उन्होंने मीडिया गदा कहा कि हुकूमत अवामी बलाई के मनसूबों वे सर मुकम्मल करते सब तो व्यान दे रही है ਖਿਆਲਮਤ ਕਾਸਟਰੋ ਨੇ ਕਿਹਾ ਕਿ 13 ਅਰਬ ਰੁਪਏ ਦੀਆਂ ਵੱਡੀਆਂ ਪੈਕੇਜ ਨਾਲ ਵਸਾ ਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਜ਼ਿਆਦਾਤਰ ਮਨਸੂਬੇ ਮੁਕੰਮਲ ਕੀਤੇ ਜਾ ਰਹੇ ਨੇ ਇਸ ਵੇਲੇ ਤੱਕ ਦੀਆਂ ਖਬਰਾਂ ਤੁਸੀਂ ਸੁਣੀਆਂ ਹੋਰ ਖਬਰਾਂ ਤੇ ਤਫਸੀਲ ਸੁਣਨ ਲਈ ਸਾਡੀ ਵੈਬਸਾਈਟ radio.gov.pk ਨਾਲ